ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਅਸਲਾਮ ਅਲੈਕੁਮ, ਨਮਸਤੇ ਜੀ। ਸੋ ਅਸੀਂ ਦਲਬਦੀਨ ਤੋਂ ਨਿਕਲ ਲੱਗਿਆ ਹੁਣ ਅੱਗੇ ਤਫਤਾਨ ਬਾਰਡਰ ਵੱਲ ਨੂੰ, ਜੋ ਕਿ ਤਕਰੀਬਨ 400 ਕਿਲੋਮੀਟਰ ਦੇ ਆਸ ਪਾਸ ਹੋਵੇਗਾ ਔਰ 5 ਕੁ ਘੰਟੇ ਦਾ ਸਫ਼ਰ ਹੈ। ਔਰ ਦੇਖਦੇ ਹਾਂ ਅੱਜ ਦਾ ਈਰਾਨ ਦੇ ਬਾਰਡਰ ਦਾ ਕੀ ਐਕਸਪੀਰੀਅੰਸ ਰਹਿੰਦਾ ਸਾਡਾ, ਅਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਕੱਲ੍ਹ ਦਾ ਸਫ਼ਰ ਸਾਡਾ ਤਕਰੀਬਨ 5 ਘੰਟੇ ਦਾ ਸੀ। ਅਸੀਂ ਤਕਰੀਬਨ 7 ਵਜੇ ਇੱਥੇ ਸ਼ਾਮੀ ਪਹੁੰਚ ਗਏ ਸੀ ਔਰ ਅਸੀਂ ਕੀਤਾ ਸੀ ਇੱਕ ਰੈਸਟ ਹਾਊਸ ਬੁੱਕ, ਔਰ ਇੱਦਾਂ ਦਾ ਸੀ ਉਹਦਾ ਵਿਊ। ਹੈਲੋ, ਗੁੱਡ ਮਾਰਨਿੰਗ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਕਿੱਦਾਂ ਭਾਜੀ, ਫਰੈਸ਼ ਹੋ? ਚਲੀਏ ਫਿਰ, ਚਲੀਏ ਫਿਰ ਜਰਮਨ ਨੂੰ ਅੱਗੇ। ਗੱਡੀ ਦੀ ਛੱਤ ਦੇ ਉੱਤੇ ਬਿੱਲੀਆਂ ਘੁੰਮਦੀਆਂ ਰਹੀਆਂ ਸਾਰੀ ਰਾਤ, ਪਾਤੇ ਪੰਜਿਆਂ ਦੇ ਨਿਸ਼ਾਨ। ਲਓ ਜੀ, ਤੁਰ ਪਈਆਂ ਨੇ ਸੰਗਤਾਂ ਤਫਤਾਨ ਬਾਰਡਰ ਵੱਲ ਨੂੰ, ਫੌਜਾਂ ਤੁਰ ਪਈਆਂ। ਅੱਛਾ, ਉਹ ਕੱਲ ਹੋਲੀ ਸੀਗੀ ਮੇਰਾ ਖਿਆਲ, ਇਹਨਾਂ ਨੂੰ ਵੀ ਨਾ ਕੁੱਤਿਆਂ ਨੂੰ ਰਾ ਕੇ ਲੱਗਾ ਸੀ ਯਾਰ। ਨੋਟੰਕੀ ਪੈਟਰੋਲ ਪੰਪ ਆਗੇ ਪਿੱਛੇ, ਪੈਟਰੋਲ ਪੰਪ ਡੀਜ਼ਲ 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 ਆਗੇ ਨਿਚਦੇ ਹੈ, ਦੂਰ ਹੈ, ਥੋੜਾ ਸਾ ਦੂਰ ਹੈ, ਪਿੱਛੇ ਸੇ ਡਾਲ ਲੇਤਨਾ ਦੂਰ ਹੈ ਆਗੇ। ਹਾਂ ਬਸ ਠੀਕ ਹੈ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਸੋ ਅੱਗੇ ਵੀ ਇੱਥੋਂ ਲੰਘ ਕੇ ਗਏ ਸੀ ਅਸੀਂ, ਔਰ ਫਿਰ ਆਪਾਂ ਇਹ ਜਿਹੜੇ ਆਇਲ ਦੇ ਵੱਡੇ ਵੱਡੇ, ਇਹਨੂੰ ਕੀ ਆਖਾਂਗੇ ਸ਼ਾਹਜਹਾਂ, ਡਰਮ ਡਰਮ ਹੈ, ਲੋਕੀ ਵਿਹਲੇ ਨੇ ਸਾਡਾ ਪਿੱਛਾ ਕਰਨੇ। ਹਾਂ ਕੀ ਭਾਜੀ, ਬੜਾ ਤਕੜਾ ਬਣਾਇਆ ਬੰਗਲਾ ਕਿਸੇ ਨੇ, ਇਹ ਕਿਸੇ ਤੇਲ ਦੇ ਵਪਾਰੀ ਦਾ ਹੋਣਾ। ਤੂੰ ਚਲਾ ਗਿਆ ਭਾਈ, ਜਿਹੜਾ ਅਸੀਂ ਇੰਜੋਏ ਕੀਤਾ ਵਿੱਚੋਂ, ਬਸ ਦੱਸਣਾ ਨਹੀਂ, ਪਰ ਭਾਜੀ ਦੱਸਣਾ ਨਹੀਂ ਮਾਲਕ ਨਾਮ ਤੇ ਜੇ ਕਿਧਰੇ ਵੀਡੀਓ ਬਣਾ ਲੈਂਦੇ, ਓਏ ਹੋਏ ਲੋਕਾਂ ਦੇ ਮੂੰਹ ਚ ਪਾਣੀ ਆਣਾ ਹੈ।
ਫੀ ਮਾਰਿਆ ਤੇ ਦੱਸੇ ਭਾਜੀ ਵੇ ਲਵਨੀ ਦੱਸੇ ਭਾਜੀ ਬੋਰੀਆਂ ਭਰ ਭਰ ਕੇ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖਿਆ ਤੁਸੀਂ ਉਸ ਪਾਸੇ ਜਾਂਦੇ ਮੰਡੀ ਚ ਤੁਹਾਨੂੰ ਲੈ ਕੇ ਜਾਣਾ ਸੀ ਓ ਲਓ ਜੀ ਰੇਤ ਦਾ ਜਹਾਜ਼ ਰੇਤ ਦਾ ਜਹਾਜ਼ ਚੁਗਦਾ ਹੋਇਆ ਹਰਾ ਹਰਾ ਘਾਹ ਇਹਨਾਂ ਦੀ ਗੱਲ ਤੇ ਨਹੀਂ ਕਰਦਾ ਪਿਓ ਲਵਲੀ ਪੰਪ ਲਵਲੀ ਪੰਪ ਚਲੋ ਚੱਲੀ ਚਲੋ ਰੱਬ ਦਾ ਨਾਂ ਲੈ ਕੇ ਫਿਰ ਨਹੀਂ 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 ਭਾਜੀ ਇਹ ਐਸਾ ਫਸ ਜਾਂਗੇ ਸ਼ਾਇਦ ਉਹ ਬੰਦਾ ਖੜਾ ਵਾ ਲਓ ਜੀ ਤੇਲ ਦੀ ਆ ਗਈ ਪ੍ਰੋਬਲਮ ਇੱਥੇ ਜਿੰਨੇ ਵੀ ਆਉਣਾ ਬਈ ਤੇਲ ਪਵਾ ਕੇ ਨਿਕਲੇ ਜੇ ਪਿੱਛੋਂ ਨਕੁੰਡੀ ਤੋਂ ਨਹੀਂ ਦਲਬਦੀਨ ਤੋਂ ਪਹਿਲਾਂ ਤੇਲ ਪਵਾ ਕੇ ਤੁਰਿਓ ਬਾਈ ਪੈਟਰੋਲ ਪੰਪ ਹੈ ਅੱਗੇ ਪੈਟਰੋਲ ਪੰਪ ਹੈ ਅੱਗੇ ਯੇ ਵਾਲਾ ਹੈ ਠੀਕ ਹੈ ਠੀਕ ਹੈ ਚਾਂਦ ਦੇ ਅੰਦਰ ਆਹੋ ਸੋ ਅਸੀਂ ਅੱਜ ਟਰਾਈ ਕਰਾਂਗੇ ਲੋਕਲ ਡੀਜ਼ਲ ਕਿ ਕਿੰਨਾ ਕੁ ਠੀਕ ਹੁੰਦਾ ਕਿੰਨਾ ਕੁ ਖਰਾਬ ਹੁੰਦਾ ਇਹ ਅੱਧੇ ਰੇਟ 'ਤੇ ਹੋਏਗਾ ਫਿਰ 200 ਰੁਪਏ ਲੀਟਰ ਡੀਜ਼ਲ ਮਿਲੇਗਾ ਉਧਰ ਅਸਲਾਮ ਅਲੈਕੁਮ ਡੀਜ਼ਲ ਮਿਲੇਗਾ ਯਹਾਂ ਸੇ ਕਿ ਅਗਰ ਪੈਟਰੋਲ ਪੰਪ ਸੇ ਡਾਲਨਾ ਪੜਤਾ ਮਿਲ ਜਾਏਗਾ ਡੀਜ਼ਲ ਹੈ ਡੀਜ਼ਲ ਡੀਜ਼ਲ ਹੈ ਤੋ ਹੈ ਫੁੱਲ ਕਰਨਾ ਟੈਂਕੀ ਇਹ ਕਿੰਨਾ ਲੀਟਰ ਹੈ ਕਿੰਨੇ ਕਾ ਲੀਟਰ 210 ਰੁਪਏ ਕਾ ਚਲੋ ਡਾਲ ਦੋ ਅੱਗੇ ਲੈ ਕੇ ਆਏ ਗਾੜੀ ਕੋ ਜਾਂ ਉਧਰ ਹੀ ਅਸਾ ਹੀ ਠੀਕ ਹੈ ਲੈ ਆਓ ਫਿਰ ਹੁਣ ਪਤਾ ਨਹੀਂ ਇੱਥੇ ਲਾਗੇ ਪੈਟਰੋਲ ਹੈ ਜਾਂ ਨਹੀਂ ਅਸੀਂ ਰਾਤ ਨੂੰ ਅਸਲ ਦੇ ਵਿੱਚ ਸਾਨੂੰ ਪਤਾ ਸੀ ਪੈਟਰੋਲ ਖਤਮ ਹੋ ਜਾਣਾ ਲੇਕਿਨ ਸੁਬਹ 6 ਤੇ ਨਹੀਂ ਰਿਹਾ ਆਪਾਂ ਕਹਿ ਵੀ ਰੇਸ ਵੀ ਰਾਤੀ ਆਪਾਂ ਫੁੱਲ ਕਰਾ ਕੇ ਸੋਈਏ ਤਾਂ ਕਿ ਸਵੇਰੇ ਦਿੱਕਤ ਨਾ ਆਵੇ ਸੋਦਾ ਘੰਟਾ 210 ਕੜੇ ਪਾ ਦਿਓ ਪਾ ਰਹੇ ਲੈ ਕੇ ਆ ਰਹੇ ਨੇ ਪਖਤੋ ਦਰਜ਼ੀ ਨਹੀਂ ਬਲੋਚੀ ਨੇ ਸਾਰੇ ਪਸ਼ਤੋ ਆਤੀ ਹੈ ਕਿ ਨਹੀਂ ਕੋ ਵੀ ਸਾਫ ਕਰਕੇ ਪਾਣ ਭਾਜੀ ਅੱਗੇ ਲਾ ਕੇ ਕੋਈ ਚੀਜ਼ ਹੈ ਜਦੋਂ ਉਹ ਲਾਇਆ ਨਾ ਕੱਪੜਾ ਨਾ ਪਖਤੋ ਦਰਜ਼ੀ ਨਾ ਦਰਜ਼ੀ ਹਾਂ ਪਖਤੋ ਸਕ ਹੈ ਸੰਗ ਚਾਲ ਦੇ ਖੇ ਜੋੜੀ ਤਬੀਅਤ ਦਖ ਦੇ ਇਹਦਾ ਮਨ ਉਥੋਂ ਕੱਢਣ ਦਏ ਆ ਹੈ ਉਹ ਵੱਡੇ ਆਇਲ ਤੋਂ ਨਾ ਛੋਟੀ ਡਰਮੀ 'ਚ ਕੱਢਣ ਦਏ ਆ ਅੱਛਾ ਅੱਛਾ ਇੱਧਰਲੇ ਪਾਸੇ ਸਟੀਅਰਿੰਗ ਦੇ ਉਰਲੇ ਪਾਸੇ ਗੱਡੀ ਬੰਦ ਕਰ ਦਿਓ 2 ਮਿੰਟ ਸ਼ਾਹਜਾਨ ਗੱਡੀ ਬੰਦ ਕਰ ਦੇ ਗੱਡੀ ਬੰਦ ਲਓ ਜੀ ਮੁੰਡੇ ਪਾ ਲਗੇ ਗੱਡੀ 'ਚ ਡੀਜ਼ਲ ਬਿਲਕੁਲ ਸੁੰਨਸਾਨ ਇੱਥੇ ਨਾ ਤੁਹਾਨੂੰ ਕੋਈ ਹੋਟਲ ਰੈਸਟੋਰੈਂਟ ਕੁਛ ਨਹੀਂ ਮਿਲੇਗਾ ਜਦੋਂ ਤੁਸੀਂ ਦਲਬਦੀਨ ਤੋਂ ਥੋੜ੍ਹਾ ਬਾਹਰ ਨਿਕਲੇ ਆਓਗੇ ਤਾਂ ਕੁਛ ਇੱਦਾਂ ਦਾ ਨਜ਼ਾਰਾ ਮਿਲੇਗਾ ਦੇਖਣ ਨੂੰ ਕਿਉਂਕਿ ਇਸ ਤੋਂ ਬਾਅਦ ਤਫਤਾਨ ਬਾਰਡਰ ਤੱਕ ਤੁਹਾਨੂੰ ਕੁਛ ਨਹੀਂ ਮਿਲਣਾ ਸੋ ਇਹੀ ਬੇਨਤੀ ਹੈ ਕਿ ਪਿੱਛੋਂ ਦੀ ਜਦੋਂ ਵੀ ਦਲਬਦੀਨ ਤੋਂ ਪਿੱਛੇ ਪਿੱਛੇ ਆਪਣੀ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਾ ਲੈਣੀਆਂ ਨੇ ਖਾਣ ਪੀਣ ਨੂੰ ਵੀ ਸਮਾਨ ਨਾਲ ਲੈ ਲੈਣਾ ਅੱਗੇ ਤੁਹਾਨੂੰ ਇੱਦਾਂ ਦੇ ਪੈਟਰੋਲ ਪੰਪ ਨਜ਼ਰ ਆਉਣਗੇ ਅਤੇ ਸ਼ਾਹਜਹਾਂ ਭਾਅ ਜੀ ਨੇ ਇਹਨਾਂ ਦਾ ਨਾਮ ਰੱਖਿਆ ਲਵਲੀ ਪੈਟਰੋਲੀਅਮ ਔਰ ਇਹ ਦੇਖੋ ਇੱਧਰ ਲਓ ਜੀ ਕੁਛ ਇਸ ਤਰੀਕੇ ਨਾਲ ਤੁਹਾਨੂੰ ਇੱਥੇ ਪੈਟਰੋਲ ਭਰ ਕੇ ਕਹਾਂ ਸੇ ਆਤਾ ਹੈ ਫਿਰ ਯੇ ਭਰ ਕੇ ਕਹਾਂ ਸੇ ਆਤਾ ਹੈ
ईरान से ऐसे ही लेके आते हैं सारी कंपनियां अपने लवली भी आती हैं इत्थे लवली पेट्रोलियम दे नाम तो डीजल डीजल लिया यस यस वेरी गुड गुड बॉय कितना पढ़े हो नौ तक इधर स्कूल है पढ़ते हो अभी भी पढ़ते हो छुट्टी है रोजों में छुट्टी हो जाता है अभी ये कितने लीटर था पश्तो आता है पठान हो बलोच हो बलोच अंजरानी ਸੋਏ ਦੱਸ ਰਿਹਾ ਸੀ ਕਿ ਅਸੀਂ ਇੰਜ ਹੀ ਲੈ ਕੇ ਆਉਂਦੇ ਹਾਂ ਆਪਣਾ ਭਰ ਭਰ ਕੇ ਈਰਾਨ ਤੋਂ ਹੀ ਕਹਿੰਦਾ ਭਰ ਕੇ ਲੈ ਕੇ ਆਉਂਦੇ ਬਾਰਡਰ ਤੋਂ ਰਾਤੀ ਸਾਨੂੰ ਸਾਰਾ ਪਤਾ ਲੱਗ ਗਿਆ ਭਾਜੀ ਕਿੱਦਾਂ ਕੀ ਸਿਸਟਮ ਚੱਲਦਾ ਅੱਛਾ ਪੂਰਾ ਦਿਲ ਅੱਛੇ ਨਹੀਂ ਵੇਖੇ ਉਹ ਭਾਜੀ ਉਹ ਬਣਾਉਣੀਆਂ ਚਾਹੀਦੀਆਂ ਤੁਸੀਂ ਨਕਸ਼ਿਆਂ ਦੀਆਂ ਇਹ ਫਿਲਟਰ ਹੈ ਭਾਜੀ ਦਿਸ ਇਜ਼ ਮੈਨੂ ਉੱਤੇ ਬਣੀ ਹੈ ਅੱਛਾ ਫਿਲਟਰ ਹੈ ਕਿਉਂਕਿ ਪੂਰਾ ਉਹ ਨਹੀਂ ਹੁੰਦਾ ਕਿ ਉਹਨੂੰ ਕਹਿੰਦੇ ਆਇਲ ਭਾਜੀ ਇੱਥੋਂ ਤੁਸੀਂ ਦੋ ਪਾਊਚ ਕੱਢੇ ਸੱਚ ਅੱਛਾ ਉਹ ਨਹੀਂ ਪਾਇਆ ਜੀ ਨਹੀਂ ਪਾਇਆ ਨਹੀਂ ਅੱਗੇ ਅੱਗੇ ਅਗਲੇ ਅਗਲੇ पेट्रोल पंप ते हैगे ने तुहाडी गल ठीक है अगली कैनी च पा दे हुण कोई गल नहीं ये ना ए ऐसी दम कराया वा स्पेशली पापा गम रखा क्या बिल्कुल क्यों डालते हो ये ऑयल साफ नहीं ना होता एक और पा दो पाजी हूं साडे को दो बजे ने रांच ही पानी चल ठीक है एक चलो भाई नाम क्या तुम्हारा साले पाजी की चीज है पढ़ लियो मर जा किधर मिल जे हां ए डीजल एडिटिव एडिटिव करीब तो वेख रहे हैं भर भर गड्डियां लिया तेल दिया छोटे ये जो अभी गाड़ी आया ये खाली आया या भरा हुआ है मतलब क्या जो रूट सामने देख रहे जी गड्डिया आ रही सारिया भरिया आ रही ने तो बाकी जो इधर आनी है तो सारा इधर खत्म करके आते आ रहा एक और यम ये एक मजे में कितने लीटर आ जाता है सारा इन्हों का यही कारोबार बेचारियों का चलो इस तो इन्हों की जिंदगी चलती बोलन दे विच ते आ जांदा भी चलो ये ब्लैक मार्केट या कुछ भी है पर कम ही चारे कोलो कुछ है ही नहीं दुनिया वास्ते ब्लैक मार्केट है हाँ जी देखो दुनिया वास्ते है ना ये बलोच कम्यूनिटी जड़ी है ना ये कल मैं जड़ा उत्थे राती बंदे नाल बैठा ना उन्होंने दस्या कि बलोच कम्यूनिटी कुछ इस पासे आबाद है कुछ उस पासे आबाद है ईरान वाले पासे करदे ते थोड़ा जिहा अफगानिस्तान वाले पासे 90 लीटर पैंदा वैसे ते 10 लीटर ते होएगा भी इहदे दो कैनिया पै गई भी दिया एक और पा लो ठीक है अगों फिर होर एक्सप्लोर करांगे कोई गल नहीं लिफाफा हो गया कोई ऐसी चीजां प्लास्टिक
यमराज ही रखे जो ओथो निकले सीगे ना जेडे पाजी अंदर बैठे गड्डियां गोरा मरिया मोटरसाइकिल वाला एक भाजी बच्चा भी मरिया को किसी फॉरनर स्कूल ना बच्चा आ गया जिदा एवं तो कहते स्लो जाना भी गल की असल ਦੇ ਵਿੱਚ ਨਾ ਇਹ ਸਾਡੀ ਗੱਡੀ ਦਾ ਸਟੀਅਰਿੰਗ ਹੈ ਇਸ ਪਾਸੇ ਇਹ ਅੱਗੇ ਜਾ ਕੇ ਨਾ ਖੁੰਡੀ ਤੋਂ ਵੱਡੇ ਆਇਲ ਕੰਟੇਨਰ ਜ਼ਿਆਦਾ ਹੋ ਜਾਣਾ ਤੇ ਫਿਰ ਉਹ ਵੇਖਾ ਵੇਖੀ 'ਚ ਨਾ ਇਹ ਮਜਾਦ ਬ੍ਰੇਕ ਨਹੀਂ ਲਾਉਂਦੀ ਉਹਨੂੰ ਜਲਦੀ ਹੁੰਦੀ ਹੈ ਸ਼ਾਮੀ ਰੋਜ਼ੇ ਤੋਂ ਪੁਸਤਾਰੀ ਤਾਂ ਨਹੀਂ ਕਰਨੀ ਫਿਰ ਉਹ ਤਾਂ ਕਰਕੇ ਚੱਲ ਸਕੇ ਪਰ ਅੱਜ ਸਵੇਰ ਸਵੇਰ ਦਾ ਟਾਈਮ ਹੈ ਅਸੀਂ ਬਹੁਤ ਵਧੀਆ ਟਾਈਮ 'ਤੇ ਨਿਕਲੇ ਮੈਨੂੰ ਲੱਗਦਾ ਕਿ ਟਾਈਮ ਨਾਲ ਪਹੁੰਚ ਜਾਂਦਾ ਹਾਂ ਇੰਨਾ ਰਸ਼ ਬਿਲਕੁਲ ਨਹੀਂ ਉਹ ਜਾ ਰਹੇ ਨੇ ਟੈਂਕਰ ਦੇਖੋ ਆਇਲ ਦੇ ਤੇ ਆਹ ਦੇਖੋ हर गल खैर है लोंग रूट से गड्डी को लाइटा दिन के टाइम चलावे तो डिपर मारे ये मकसद मतलब है कि पिछे कोई मसला वा ये निशानी तो नहीं किधर किले दी आ लगे ने तो नहीं ये और तो नहीं पता मैनू ये आप तुम मैनू ही खराब करता भाई वाह जी वाह रेत सारे पासे इकट्ठी हुई है दे आपां टोरते पए हैं इस पासे देखो सामने मस्जिद यूनीक मस्जिद आप कह सकते हैं कि जो इस्लाम धर्म आया होगा तो इस तरह दस्जिदा बड़िया होनी और इस पूरे रोड के उपर इस तरह देशुमार और यूनीक मसाजिद तुम मिलनगे सो ये ना रेलवे का बनाया हाँ रेलवे का ना ये क्रॉस करेगा फाटक न बिल्कुल ना कर क्रॉस करेगा तो बनया बिलकुल सीधी लाइन और इधर भी और चल के देखते हैं भी अंदर है की हवा दे नाल रेत एक साइडां ते कट्ठी हुई है इधर और इस साइड ते भी अजी इत्थे ना गुरमुखी दे विच भी लिखिया होया सी उर्दू च भी और शायद मैनूं लग रहा जिद्दां मिटा दित्ता गया ओह देखो विच चेंजिंग होई थोड़ी जी पर अंदरों बड़ी नायाब चीज़ है इह वेखो उस वेले इहदे विच अंदर ना खूह भी हैगे इस तरह दे ठीक है पर इहदे अंदर वेखणा कुत्ते बहुत ज़्यादा होंदे वेखो सारा खूह जड़ा है ना
दाल बदीन तो लैके तो नुखुंडी तक जड़ा ना इदा ही राह है, पर एक किला होर है वो असी तलाश कर रहे हैं वो उपर गुरमुखी दे विच। वैसे तीन किलिया के उपर लिखा सी ते एक पिछे आप रुके नहीं, एक आया तो शायद वो इस्माइल का किला शायद अगे हो गए वो उपर गुरमुखी लिखी हुई है। सो जो पुराने जमाने ट्रेन चल दया सन कोयटा तो इतने गोरिया का विश्राम होंदा सी। वेखो अंदर रेत, भाजी गोरे सारा इंतजाम करके रखते ही अपना। उन्होंने तो दिमाग लड़ाया, काम तो ऐसे ही किए, बाहर ट्रेन लाइन तो ऐसी बिछाई सारी। जमीन के उत्ते सिर्फ पत्थर पत्थर और रेत। देखो साड़ी बब्बर शेरनी वेखो कितने खड़ी। किले दियां सैरां हो रहियां ने, किले दियां सैरां। आ देखो बलोचिस्तान दे एरिए जो इच घूम रहे इस टाइम। अच्छा आ वेखो जी, हैरानी होंदी है इत्थे कोई दरख्त दरुख्त है ही नहीं दूर दूर तक, पर पूरी है ट्रेन लाइन दे थले ना लकड़ लगी हुई है। वेख रहे हो लकड़, और है जिहड़ा हुण ते ट्रेन चलदी वी नहीं, इंज लगदा जिवें नवीं है सारी। बिल्कुल बिल्कुल, मैं कहण ही लगा सी वी बिल्कुल साफ पई, देखो ना इन कोई जंगाल ना कुछ। दूर दूर तक कुछ भी नजर नहीं आ रहा, सिर्फ एक खंडर बन चुका किला जा रेलवे स्टेशन ला लो, किला तो कह ही नहीं सकते इन। और आज देखो ट्रेन की पटड़ी बिल्कुल दूर दूर तक, और रह खड़ी साड़ी बब्बर शेरनी। कैसा लग्या व्यू कमेंट जरूर करके दस्यो। गड्डी साफ सूफ कर लांगे, रख ला। चीज नहीं सटनी, गोरे ने कहा ही। आहो याद आ गया है, याद आ गया। की क्या सी गोरे ने कहा सी, शै नहीं सटनी, जदों भी सफर करना लंबा ते कोई भी शै सटनी नहीं। ठीक है, आपा रख लिया जी। बिल्कुल जी, चलो जी हुण होण लगी साडी ऑफ रोडिंग। ਭਾਜੀ ਹੌਲੀ ਹੌਲੀ, ਇਹ ਹੌਲੀ ਆ ਭਾਜੀ, ਇਹ ਹੌਲੀ ਆ, ਰੁਕੀ ਹੋਣੀ ਸੀ। ਉਹ ਕਲ ਕਿਲਾ ਸੀ ਪਿੱਛੇ। ਲਓ ਜੀ ਇਹ ਨਾ ਕਿਹਾ ਤੁਸੀਂ ਹੁਣ ਵੀ ਆਫ ਰੋਡਿੰਗ ਨਹੀਂ ਕੀਤੀ ਹੈਗੀ, ਤੁਸੀਂ ਇਹ ਵੀ ਇੱਛਾ ਪੂਰੀ ਕਰ ਰਹੇ ਅੱਜ। ਇੱਧਰੋਂ ਆਏ ਆਪਾਂ ਉਹ ਕਿਲੇ ਦੇ ਕੋਲ, ਉਹਦੀ ਸਾਹਮਣੇ ਕਿਲਾ ਨਹੀਂ ਸਟੇਸ਼ਨ ਸੋਰੀ। ਕਿੱਦਾਂ ਲੱਗ ਰਿਹਾ ਭਾਜੀ? दरवाजा वज जाना जी थलो। चलो भाई बिलकुल ठीक है। चक्कर च लगे फिर क्या जड़ी जगह रस्ते जाओ, सीधे सीधे जाओ। जवाके क्या होने? और
ਡਰਾਈਵਰ ਆਪਣੇ ਨੂੰ ਸਮਝਾ ਕੇ ਰੱਖੋ। ਯਮਰਾਜ ਨੇ ਹਮਲਾ ਕਰ ਦਿਆ ਹੈ। ਭਾਜੀ ਇੱਥੇ ਜਗ੍ਹਾ ਬਣੀ ਸੀ ਜੀ ਸਰ, ਇੱਥੇ ਗੋਲ ਔਰ ਪੰਜ ਖਿਲਾੜੀ ਆ ਗਏ। ਪਿਛਲਾ ਖਿਲਾੜੀ ਤੋਂ ਬਿਲਕੁਲ ਵੀਂਗਾ ਹੋ ਚੁੱਕਾ ਹੈ। ਦੇਖੋ ਯਾਰ ਜੇ ਹੁੰਦੇ ਰਾਜਸਥਾਨ ਚ ਭਾਈ ਉਹ ਇੱਦਾਂ ਹੀ ਉਹਨਾਂ ਨੇ ਬਣੀਆਂ ਹੁੰਦੀਆਂ ਨਾ ਉੱਪਰ ਦਸਤਾਰਾਂ ਜੀ।